ਗੁਰੂ ਪਿਆਰੀ ਸਤਸੰਗ ਜੀ ਹੋ ਦੇਸ ਤੋਂ ਆਪਣੇ ਕੋਲ ਜੱਥਾ ਪਹੁੰਚ ਚੁੱਕਿਆ ਹੈ ਭਾਈ ਮਨਪ੍ਰੀਤ ਸਿੰਘ ਜੀ ਮਹਿਤਪੁਰ ਵਾਲੇ। ਸੋ ਆਪ ਜੀ ਉਹਨਾਂ ਨੇ ਪਿਆਰ ਦੇ ਨਾਲ ਉਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਜੀ, ਇਕਾਗਰਤਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਵਿੱਚ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਾਮ ਨੂੰ ਮਹਾਨਤਾ ਦਿੱਤੀ ਹੈ, ਕਿਉਂਕਿ ਆਪਾਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਦਾਨਾ ਸਿਰਦਾਨ ਨਾਮ ਨਾਮ, ਤੇ ਦੂਸਰੀ ਵੱਡੀ ਦਾਤ ਸੇਵਾ ਦੀ ਦਾਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਭ ਕੁਝ ਸੇਵਾ ਵਿੱਚੋਂ ਹੀ, ਸਿਮਰਨ ਵੀ ਕਰਨਾ ਹੈ ਤੇ ਸਿਮਰਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਸੇਵਾ ਕਰਨੀ ਕਿਉਂ ਕਰਨੀ ਜ਼ਰੂਰੀ ਹੈ, ਕਿਉਂਕਿ ਆਪਾਂ ਗੁਰੂ ਘਰ ਜਦੋਂ ਆਉਂਦੇ ਹਾਂ ਦੇਖਦੇ ਹਾਂ ਸੰਗਤਾਂ ਕੋਈ ਝਾੜੂ ਦੀ ਸੇਵਾ, ਕੋਈ ਪੋਚਿਆਂ ਦੀ ਸੇਵਾ, ਕੋਈ ਜੋੜਿਆਂ ਦੀ ਸੇਵਾ। ਸਤਿਗੁਰੂ ਨੇ ਕਿਹਾ ਜਦੋਂ ਤੂੰ ਸੇਵਾ ਕਰੇਗਾ ਨਾ ਤੇਰਾ ਮਨ ਨਿਮਰਤਾ ਵਿੱਚ ਆ ਜਾਏਗਾ, ਆਖੋ ਸਤਨਾਮ। ਅੰਦਰੋਂ ਹੋਮੇ ਖਤਮ ਹੋ ਜਾਏ, ਹੋਮੇ ਖਤਮ ਹੋ ਗਈ ਤੇ ਗੁਰੂ ਦੇ ਚਰਨਾਂ ਨਾਲ ਪਿਆਰ ਬਣਦਾ। ਆਓ ਸਾਰੇ ਰਲ ਕੇ ਆਪਾਂ ਸਤਿਗੁਰੂ ਜੀ ਦੀ ਬਾਣੀ ਦਾ ਆਨੰਦ ਲਈਏ, ਰਸ ਲਈਏ, ਕਿਉਂਕਿ ਸਤਸੰਗ ਦੀਆਂ ਘੜੀਆਂ ਪ੍ਰਾਪਤ ਬੜੇ ਭਾਗਾਂ ਵਾਲੇ ਆਪਾਂ ਸਾਰੇ। ਆਓ ਕੀਰਤਨ ਦੀ ਆਰੰਭਤਾ ਕਰੀਏ, ਇਸ ਪ੍ਰਵਾਹ ਨੂੰ ਅੱਗੇ ਵਧਾਈਏ। ਦਿਓ ਸੀਸ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ, 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 ਜਿਸ ਸੇਵਾ ਦੇ ਉੱਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਣ ਉਹਨਾਂ ਦਾ ਮਨ ਮੰਨ ਗਿਆ, ਸਤਿਗੁਰ ਕਾ ਮਨ ਮੰਨਿਆ। ਜਦੋਂ ਸਤਿਗੁਰ ਜੀ ਦਾ ਫਿਰ ਆਪਣੇ ਪਿਆਰੇ ਗੁਰਸਿੱਖਾਂ ਦੇ ਮਨ ਮੰਨ ਜਾਂਦਾ ਹੈ ਤਾਂ ਪਾਪ ਸਾਰੇ ਪਾਪ ਸਤਿਗੁਰ ਭੰਨ ਦਿੰਦੇ ਨੇ, ਕੱਟ ਦਿੰਦੇ। ਫਿਰ ਵਾਰ ਵਾਰ ਸਤਿਗੁਰ ਜੀ ਦੇ ਅੱਗੇ ਮੰਗਾਂ ਨਹੀਂ ਰੱਖਣੀਆਂ ਪੈਂਦੀਆਂ, ਪਾਤਸ਼ਾਹ ਜੀ ਮੈਨੂੰ ਧੀ ਦੇ ਦੇ, ਮੈਨੂੰ ਪੁੱਤ ਦੇ। ਧੀ ਪੁੱਤ ਹੋ ਗਏ ਤੇ ਹੁਣ ਇਹ ਪੜ੍ਹ ਵੀ ਜਾਣ ਤੇ ਬਾਹਰ ਵੀ ਚਲੇ, ਕਾਰ ਦੇ ਦੇ, ਕੋਠੀ ਦੇ, ਸਤਿਗੁਰ ਦੇ ਦਿੰਦੇ ਨੇ ਸਭ ਘਰ ਤਾਂ ਤੇਰੇ ਉਹਦੇ ਘਰ ਸਾਰਾ ਕੁਛ ਹੈ। ਪਰ ਕੋਈ ਵਿਰਲੇ ਨੇ ਜਿਹੜੇ ਨਾਮ ਤੇ ਸੇਵਾ ਮੰਗਦੇ ਨੇ, ਆਥੋਂ ਸਤਿਨਾਮ ਜਿਹੜੇ ਮੰਗਦੇ ਨੇ ਨਾ ਨਾਮ ਤੇ ਸੇਵਾ। ਸਤਿਗੁਰ ਕਹਿੰਦੇ ਉਹਨੂੰ ਰੋਜ਼ ਦਾ ਫਿਰ ਮੰਗਤਾ ਨਹੀਂ ਪੈਣਾ, ਕਦੇ ਕੋਈ ਚੀਜ਼ ਮੰਗਦਾ, ਕਦੇ ਕੋਈ ਦਰਿਆ ਵੀ ਸੁਣ। ਨਾਮ ਜਪਣ ਵਾਲਾ, ਸੇਵਾ ਕਰਨ ਵਾਲਾ ਜਦੋਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ
ਦੁਨੀਆਂ ਦੇ ਸਾਰੇ ਸੁੱਖ ਆਪਣੇ ਆਪ ਉਹਦੇ ਮਗਰ ਲੱਗ ਜਾਂਦੇ ਨੇ। ਆਖੋ ਸਤਿਗੁਰੂ। ਆਓ ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਚਿਤ ਲਾਉਣ ਤੋਂ ਕੀ, ਚਿਤ ਲਾਉਣ ਤੋਂ ਭਾਵ ਹੈ ਹਿਰਦੇ ਦੇ ਅੰਦਰ ਸਤਿਗੁਰ ਜੀ ਦਾ ਸਿਮਰਨ ਚੱਲਦਾ ਹੋ, ਆਸੇ ਪਾਸੇ ਕੋਈ ਧਿਆਨ ਨਾ ਹੋ। ਇਹ ਨਾ ਧਿਆਨ ਹੋਵੇ ਮੈਂ ਬਰਤਨ ਮਾਂਜ ਰਿਹਾ, ਮੈਂ ਝਾੜੂ ਫੇਰ ਰਿਹਾ, ਮੈਂ ਜੋੜਿਆਂ ਦੀ ਸੇਵਾ ਕਰ ਰਿਹਾ, ਮੇਰਾ ਆਂਢ ਗੁਆਂਢ ਵਾਲਾ ਜਾਂ ਮੇਰਾ ਮਿੱਤਰ ਕੋਈ ਮੈਨੂੰ ਦੇਖਦਾ ਲੱਗੇ ਮੈਂ ਸੇਵਾ ਕਰ। ਨਹੀਂ, ਸਤਿਗੁਰ ਤੈਨੂੰ ਦੇਖਣ ਵੀ ਤੂੰ ਕਿਵੇਂ ਸੇਵਾ ਕਰ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਜਿੰਦਿਆ ਫਲ ਪਾਵਣਾ ਹੋਵੇ ਵਿਚੋਚਾਰੇ। ਮਨ ਦੇ ਅੰਦਰ ਜੇ ਫੁਰਨਾ ਹੀ ਬਣਦਾ ਵੀ ਮੈਨੂੰ ਆਹ ਚੀਜ਼ ਚਾਹੀਦੀ, ਆਹ ਸੁੱਖ ਚਾਹੀਦਾ, ਆਹ ਦਾਤ ਚਾਹੀਦਾ, ਸਤਿਗੁਰ ਜੀ ਪਹਿਲਾਂ ਹੀ ਪੂਰਾ ਕਰ ਦਿੰਦੇ ਨੇ ਸੇਵਾ ਕਰਨ ਵਾਲਿਆਂ ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋ ਕਰੇ ਚਿਤ ਲਾਏ ਸੇਵਾ ਸਫਲ ਹੈ, ਸਫਲ ਹੈ।
Yeah.